ਜਿੱਥੇ ਬਾਈਬਲ ਕਹਿੰਦੀ ਆ ਔਰਤ ਪ੍ਰਚਾਰ ਨਹੀਂ ਕਰ ਸਕਦੀ, ਸਾਡੇ ਨਾਲ ਕਿਹੜਾ ਗੱਲ ਕਰ, ਸਾਡੇ ਨਾਲ ਸਿੱਧਾ ਆਣ ਕੇ ਗੱਲ ਕਰੇ। ਮੈਂ ਇੱਥੇ ਪ੍ਰਚਾਰ ਕੀਤਾ ਭਾਈ ਜਾਰਜ ਕੇ ਘਰ, ਜਿੱਥੇ ਮਰਦ ਬੈਠਾ ਉੱਥੇ ਔਰਤ ਬਿਲਕੁਲ ਪ੍ਰਚਾਰ ਨਹੀਂ ਛੇੜ ਸਕਦੀ, ਕਿਉਂਕਿ ਉੱਥੇ ਸਿਰ ਬੈਠਾ। ਅੱਜ ਸਿਰ ਉੱਥੇ ਬੈਠੇ ਹੁੰਦੇ ਆ, ਅਜੇ ਪਤਾ ਨਹੀਂ ਲੱਗਿਆ। ਅੱਜ ਔਰਤਾਂ ਦਾ ਪ੍ਰਚਾਰ ਸਿਰ ਸੁਣਦੇ ਆ, ਸਿਰ ਬੰਦਾ ਹੈ ਤੇ ਜਿਹੜਾ ਸਿਰ ਆ, ਜਿੱਥੇ ਸਿਰ ਆ ਉੱਥੇ ਔਰਤ ਨਹੀਂ ਬੋਲ ਸਕਦੀ। ਔਰਤ ਕਿਸੇ ਭੈਣ ਨੂੰ ਜਾ ਕੇ ਕੋਈ ਤਲੀਮ ਦੇ ਸਕਦੀ ਹੈ, ਉਹਦੇ ਘਰ ਵਿੱਚ ਜਾ ਕੇ ਗੱਲ ਕਰ ਸਕਦੀ ਹੈ, ਉਹਦੇ ਰਸੋਈ ਜਾ ਸਕਦੀ ਹੈ, ਕਿਚਨ ਚਲੋ ਕੋਈ ਡਿਨਰ ਰਸੋਈ ਬੋਲਦਾ ਮੈਂ, ਉਹ ਰਸੋਈ 'ਚ ਜਾ ਸਕਦੀ ਹੈ, ਰਸੋਈ 'ਚ ਗੱਲਾਂ ਕਰ ਸਕਦੀ ਹੈ, ਔਰ ਉਹਨਾਂ ਨੂੰ ਕੋਈ ਗੱਲ ਦੱਸ ਸਕਦੀ, ਏਦਾਂ ਖਾਣਾ ਬਣਾਉਣਾ ਏਦਾਂ ਬਣਾਉਣਾ, ਪਰ ਪ੍ਰਚਾਰ ਨਹੀਂ ਕਰ ਸਕਦੀ। ਅੱਜ ਕਿੰਨੇ ਬੜੇ ਬੜੇ ਸਿਰ ਉੱਥੇ ਬੈਠੇ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ। ਅੱਜ ਕਿੰਨੇ ਲੋਕ ਏਦਾਂ ਦੇ ਚੱਕਰ 'ਚ ਪਏ, ਜਿੱਦਣ ਤੁਸੀਂ ਪੂਰੇ ਦੇ ਪੂਰੇ ਵਿੱਚ ਵੜ ਗਏ ਤੁਹਾਨੂੰ ਪਤਾ ਲੱਗ ਗਿਆ, ਫਿਰ ਤੁਸੀਂ ਕਹਿਣਾ ਨਹੀਂ ਅਸੀਂ ਇਹ ਮੀਟਿੰਗਾਂ ਨਹੀਂ ਵੇਖਣੀਆਂ, ਕਿਉਂਕਿ ਉੱਥੇ ਸਿੱਖ ਕੇ ਤੁਸੀਂ ਕੁਛ ਨਹੀਂ ਆਉਣਾ, ਸਿੱਖ ਕੇ ਤੁਸੀਂ ਬੇਪਰਤੀਤੀ ਆਉਣੀ। ਤੁਹਾਨੂੰ ਪਤਾ ਨਹੀਂ, ਕਿਉਂਕਿ ਬਾਈਬਲ ਬੋਲਦੀ ਆ ਔਰਤ ਪ੍ਰਚਾਰ ਨਹੀਂ ਕਰ ਸਕਦੀ, ਔਰਤ ਪਿੱਛੇ ਬਹਿ ਸਕਦੀ, ਸੁਣ ਸਕਦੀ। ਤੇ ਜਦੋਂ ਅਸੀਂ ਮੀਟਿੰਗਾਂ ਸੁਣਦੇ ਹਾਂ, ਔਰਤਾਂ ਕੋਲੋਂ ਪ੍ਰਚਾਰ ਸੁਣਦੇ, ਤੇ ਉਦਣ ਅਸੀਂ ਸਮਝ ਲਓ ਇੱਕ ਬੇਪਰਤੀਤੇ ਆ, ਅਸੀਂ ਉੱਥੇ ਬੈਠੇ ਆ ਬੰਨ ਕੱਢ ਕੇ। ਨਹੀਂ ਸਮਝ ਬੰਨ ਮਤਲਬ ਆਪਣੇ ਬੈਠੇ ਆ, ਕਿਉਂ ਆਹੋ ਹੀ ਬੰਨ ਹੁੰਦੀ ਹੈ।